ਤੇ ਇੱਕ ਸੰਤਾਂ ਦੇ ਵਿੱਚ ਬੜੀ ਵੱਡੀ ਗੱਲ ਸੀ, ਮਿੱਠਾ ਬਹੁਤ ਬੋਲਦੇ ਸੀ। ਇਹਨਾਂ ਦਾ ਸਾਲਾਨਾ ਦਿਨ ਕਦੋਂ ਹੁੰਦਾ ਜੀ ਮਨਾਇਆ ਜਾਂਦਾ? ਬਰਸੀ ਆ ਸੰਤਾਂ ਦੀ ਬਰਸੀ। ਹਾਂਜੀ, ਜਨਵਰੀ ਮਹੀਨੇ ਪਹਿਲੇ ਹਫ਼ਤੇ, ਪਹਿਲੀ ਤੇ 4 ਤਰੀਕ ਤੱਕ। ਮੈਂ ਦੇਖਿਆ ਉੱਥੇ ਡਿਸਪੈਂਸਰੀਆਂ ਬਹੁਤ ਖੁੱਲੀਆਂ ਹੋਈਆਂ ਨਾ, ਹੋਮਿਓਪੈਥੀ ਡਿਸਪੈਂਸਰੀ ਖੁੱਲੀ ਆ, ਦੂਸਰੀਆਂ ਵੀ ਡਿਸਪੈਂਸਰੀਆਂ, ਡਾਕਟਰ ਆਉਂਦੇ ਟਾਈਮ ਟੂ ਟਾਈਮ, ਹੈ ਨਾ। ਹਾਂਜੀ ਹਾਂਜੀ। ਸੰਤਾਂ ਦਾ ਮੇਨ ਉਦੇਸ਼ ਇਹ ਸੀਗਾ ਕਿ ਮੂਲ ਮੰਤਰ ਦਾ ਜਾਪ ਕਰਨਾ। ਦਸਵੇਂ ਪਾਤਸ਼ਾਹ ਨੇ ਆਪ ਕਿਹਾ ਸੀਗਾ, ਹਾਂਜੀ, ਨਾਮ ਸਿੰਘ ਇਲਾਕਾ ਵਿਛੜਿਆ ਹੈ, ਉੱਥੇ ਚੱਲ ਜਾਓ। ਹਾਂਜੀ, ਮੇਰੇ ਸਾਰੇ ਵਿਊਸ ਨੂੰ ਮੇਰੇ ਵੱਲੋਂ ਯਾਨੀ ਕਿ ਅਮਨਦੀਪ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਏਮੈਂਸ ਵਲੋਗ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅਤੇ ਅੱਜ ਮੈਂ ਤੁਹਾਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਥਿਤ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਲੈ ਕੇ ਆਇਆ ਹਾਂ। ਇਹ ਜੋ ਮੇਰੇ ਪਿੱਛੇ ਗੁਰਦੁਆਰਾ ਸਾਹਿਬ ਦੇਖ ਰਹੇ ਹੋ, ਇਹ ਬਾਬਾ ਹਰਨਾਮ ਸਿੰਘ ਜੀ ਦਾ ਤਪ ਸਥਾਨ ਹੈ। ਬਾਬਾ ਹਰਨਾਮ ਸਿੰਘ ਜੀ ਬਹੁਤ ਹੀ ਜਾਣੀ ਜਾਣ ਸੰਤ ਹੋਏ ਸਨ ਅਤੇ ਇਸ ਜਗ੍ਹਾ ਦੇ ਇਤਿਹਾਸ ਬਾਰੇ ਅਸੀਂ ਜਾਣਾਂਗੇ। ਅਤੇ ਮੇਰੇ ਨਾਲ ਬਣੇ ਰਹੋ ਅਤੇ ਆਪਾਂ ਅੰਦਰ ਚੱਲਦੇ ਹਾਂ। ਸਾਨੂੰ ਦੱਸੋ ਜੀ ਰਾਮਪੁਰ ਖੇੜਾ ਬਾਰੇ ਅਤੇ ਬਾਬਾ ਹਰਨਾਮ ਸਿੰਘ ਜੀ ਦੇ ਇਤਿਹਾਸ ਬਾਰੇ, ਕੀ ਪਿਛੋਕੜ ਸੀ ਉਹਨਾਂ ਦਾ ਅਤੇ ਇਹ ਗੁਰਦੁਆਰਾ ਕਦੋਂ ਦਾ ਬਣਿਆ? ਗੁਰੂ ਪਿਆਰੇ ਖਾਲਸਾ ਜੀ ਦਾਸ ਸਨ 1967-68 ਦੇ ਵਿੱਚ, ਹਾਂਜੀ, ਗੁਰਦੁਆਰਾ ਰਾਮਪੁਰ ਖੇੜਾ ਵਿਖੇ ਆਪਣੇ ਮਾਤਾ ਪਿਤਾ ਦੇ ਨਾਲ ਉਦੋਂ ਸਾਈਕਲ 'ਤੇ ਅੱਗੇ ਬਹਿ ਕੇ ਗਿਆ ਸੀ। ਠੀਕ ਹੈ। ਉਸ ਵੇਲੇ ਕਿਉਂਕਿ ਜੀਵਨ ਦੇ ਵਿੱਚ ਕੁਛ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਕਾਰਨ ਮਨੁੱਖ ਨੂੰ ਓਟ ਆਸਰਾ ਕਿਸੇ ਸੰਤ ਮਹਾਤਮਾ ਦਾ ਲੈਣਾ ਪੈਂਦਾ। ਸੋ ਇਸ ਕਾਰਨ ਅਸੀਂ ਉੱਥੇ ਪਹੁੰਚੇ, ਸੰਤਾਂ ਦੇ ਨਾਲ ਗੱਲਬਾਤ ਕੀਤੀ ਅਤੇ ਗੱਲਬਾਤ ਕਰਨ ਉਪਰੰਤ ਉਹਨਾਂ ਨੇ ਸਾਡੇ ਪਿਤਾ ਜੀ ਨੂੰ ਇਹ ਐਡਵਾਈਸ ਦਿੱਤੀ ਕਿ ਤੁਸੀਂ ਅੰਮ੍ਰਿਤ ਛਕ ਲਓ। ਇਹ 67-68 ਦੀ ਗੱਲ ਹੈ? ਹਾਂਜੀ। ਅਤੇ ਉਹ ਬਾਬਾ ਹਰਨਾਮ ਸਿੰਘ ਜੀ ਜੋ ਸੀਗੇ ਧੁੱਗਿਆਂ ਕਲਾਂ ਤੋਂ ਸੀਗੇ? ਧੁੱਗਿਆਂ ਕਲੋਂ ਤੋਂ ਸੀ। ਹਾਂਜੀ। ਅਤੇ ਉਸ ਜਗ੍ਹਾ 'ਤੇ ਸਿਰਫ ਬਾਬਾ ਜੀ ਨੇ ਇੱਕ ਛੰਨ ਬਣਾਈ ਹੋਈ ਸੀ ਰਾਮਪੁਰ ਖੇੜੇ। ਅੱਛਾ। ਛੰਨ ਦੇ ਵਿੱਚ ਰਹਿੰਦੇ ਹੁੰਦੇ ਸਨ। ਹਾਂਜੀ। ਅਤੇ ਗੁਰਦੁਆਰਾ ਉਦੋਂ ਬਣਿਆ ਹੋਇਆ ਸੀ। ਠੀਕ। ਹਾਂਜੀ। ਅਤੇ ਇਸ ਤੋਂ ਇਲਾਵਾ ਮੋਰਲਾ ਜਿਹੜਾ ਅੱਜ ਕੱਲ੍ਹ ਪੂਰੀ ਬਿਲਡਿੰਗ ਬਣ ਗਈ ਹੈ, ਉਸ ਵੇਲੇ ਖਾਲੀ ਜਗ੍ਹਾ ਸੀ, ਥੱਲੇ ਸਾਈਕਲ ਸਟੈਂਡ ਸੀ ਇੱਕ ਪਾਸੇ ਨੂੰ ਇਸ਼ਨਾਨ ਕਰਨ ਨੂੰ, ਅਤੇ ਹੋਰ ਜਗ੍ਹਾ ਸੀਗੀਆਂ ਫਿਰਨ ਤੁਰਨ ਵਾਸਤੇ। ਮਗਲੇ ਪਾਸੇ ਜਿੱਥੇ ਅੱਜ ਕੱਲ੍ਹ ਲੰਗਰ ਹੈ, ਇੱਥੇ ਖੇਤ ਹਨ। ਅਤੇ ਉੱਤਰ ਵਾਲੀ ਸਾਈਡ ਨੂੰ ਜਿੱਥੇ ਬਿਲਡਿੰਗ ਬਣੀ ਹੋਈ ਹੈ, ਰਿਹਾਇਸ਼ੀ ਬਿਲਡਿੰਗ, ਹੁਣ ਕਮਰੇ ਬਣੇ ਹੋਏ ਹਨ, ਉੱਥੇ ਕਣਕ ਬੀਜੀ ਜਾਂਦੀ ਸੀ। ਹਾਂਜੀ। ਅਤੇ ਥੋੜ੍ਹੀ ਜਗ੍ਹਾ ਸੀ, ਥੇ ਜਿੰਨਾ ਸੀਗਾ, ਇਹ ਥੇ ਸੀਗਾ। ਅੱਛਾ। ਜਿਸ ਦੇ ਬਾਰੇ ਰਾਮਪੁਰ ਖੇੜੇ ਵਾਲੇ ਮੌਜੂਦਾ ਸੰਤ ਸੇਵਾ ਸਿੰਘ ਜੀ ਨੇ ਇਸ ਜਗ੍ਹਾ ਦੇ ਬਾਰੇ ਪਿਕਚਰ ਵੀ ਰਿਲੀਜ਼ ਕੀਤੀ। ਅਤੇ ਉਹ ਪਿਕਚਰ ਦੇ ਵਿੱਚ ਤਕਰੀਬਨ ਕਾਫੀ ਕੁਛ ਦੱਸਿਆ ਗਿਆ ਹੈ। ਜ਼ਿਆਦਾਤਰ ਉਹ ਇੱਕ ਭੋਰਾ ਬਣਾਇਆ ਹੋਇਆ ਸੀ। ਹਾਂਜੀ, ਮੈਂ ਦੇਖਿਆ ਉਹ, ਮੈਂ ਦਿਖਾਵਾਂਗਾ ਵੀ। ਹਾਂਜੀ, ਦਰਸ਼ਕਾਂ ਨੂੰ। ਹਾਂ, ਉਹ ਭੋਰੇ ਦੇ ਵਿੱਚ ਪਹਿਲਾਂ ਉਹਨਾਂ ਨੇ ਸ਼ੁਰੂ 'ਚ ਆਣ ਕੇ ਜਿਸ ਤਰ੍ਹਾਂ ਸੰਤ ਦੱਸਦੇ ਹੁੰਦੇ ਸੀ
कि इस भोरा मिट्टी पट के कच्चा भोरा बनाया गया। अच्छा जी। वो बिछू सप होर कई इदा दियाँ अवगत रूहां जिहड़ियां सी उन्हां दा संतां दे नाल मुकाबला भी होया। अच्छा जी। ते संतां ने नाम बाणी दे नाल उन्हां नूं जिहड़ा सी पार कर दिता ते उन्हां तों ओह उन्हां दा कुछ नहीं बिगाड़ सकिया। ठीक है। संतां दा मेन उद्देश इह सीगा कि मूल मंत्र दा जाप करना। अच्छा जी। हाँ जी। मूल मंत्र का जाप उन्होंने मेरी समझ के मुताबिक तीन बारी उन्होंने सवा सवा लख का जाप किया। तो गुरु साहब उन्होंने प्रतख दर्शन देंदे सन। एक घटना दास दे ने संत बाबा हरनाम सिंह जी की जवानी सुनी। पहला ये 20-22 पशुआ दे पट्ठे कुतर के सवेर में काम करते सी ते नाल ये रात नू 1:30 बजे उठ के ते सिमन करते होंगे सी। इन्हां दा दास ने भी इन्हां दा जिहड़ा देखिया रूटीन, क्योंकि एक संत महात्मा कल्ले बह के नितनेम करते ये संगत दे विच बह के नितनेम करते होंगे सी। कल्लिया ने बह जाना ते संगत दे विच बह के नितनेम करना ते तकरीबन 1:30-2 बजे दे गेट च इन्हां ने उठ के इशनान कर लेना। कई इन्हां दे जीवन दे बारे जिदा दा इन्हां ने जीवन गुजारिया हैगा कोई संत महात्मा इदां दा जीवन नहीं गुजार सकदा। ते बड़ी कहनी दे करनी दे पक्के सन। ते जदों इन्हां दा अंतम समां 82 दे विच इन्हें सी छड्या ते मन दे विच तां सी भी संत बीमार वा, दिल्ली गए आ। अच्छा, दिल्ली दाखल कराया? दिल्ली सी। अच्छा। लेकिन जिस वेले इत्थे दास घर सुत्ता पिया सी तां सुत्ते पए नूं सुपने दे विच इन्हां ने आण के कहा बई मैं हुण इत्थे ही आ गया। हाँ जी। तो इन्ने जिस वेले 6 बजे उदों उठते होंगे सी, साडा तो बहुता एडा रूटीन है नहीं सी। तो इन्हें अद्धे घंटे बाद चाह चू पीदा करतार सिंह रसूलपुरों वो आ गया, कहिंदा भी संत जिन्होंने उन्होंने शरीर छड़ मतलब उन्हों का दृष्टांत जिहड़ा सी रात ही सुपने दे विच अभाव हो गया बई उन्होंने आप ही आण के कहता भी तरलोचन सिंह जी असं इत्थे आ गए क्योंकि मेरे नाम दो चलते हैं। हाँ हाँ हाँ। तो वो इदा ये दो नाम शुरू तो ही चलते हैं, एक तरलोक सिंह तो एक तरलोचन सिंह। तो एक संतां दे विच बड़ी वड्डी गल सी मिठा बहुत बोलते सी, आओ जी जी आया नूं जिस हिसाब दे नाल भी वो बोलते सी बड़े प्रेम दे नाल बोलते सी ते दावक भी लेंदे सी संतां दे नाल 68 तो लाके 82 तक ये समां रहा। तो जिस दे विच घटनावां जिहड़ा निरंकारी कांड होया उस वेले दास उत्थे काम हुंदा सी निशान साहब दे नाल, उत्थे मंजी दे उत्ते बैठे हुए सी, दास भी उन्हां दे कोल संगत कर रहा सी। ਤਾਂ ਜਿਸ ਵੇਲੇ ਪਤਾ ਲੱਗਾ ਵੀ ਨਿਰੰਕਾਰੀ ਕਾਂਡ ਹੋਇਆ ਅਤੇ ਉਸ ਵੇਲੇ ਵੀ ਉਹਨਾਂ ਦੇ ਮਨ ਨੂੰ ਨਾ ਬੜੀ ਠੇਸ ਲੱਗੀ ਸੀ ਵੀ ਇਸ ਕਰਕੇ ਬਈ ਸਿੱਖ ਨਾ ਕਿੰਨਾ ਮਤਲਬ ਪਿੱਛੇ ਹੋ ਗਿਆ, ਪਿੱਛੇ ਹਟ ਗਿਆ। ਸਿਰਫ ਉਹ ਨਾਮ ਬਾਣੀ ਦੇ ਨਾਲ ਹੀ ਜੋੜਦੇ ਸੀ ਅਤੇ ਅੰਮ੍ਰਿਤ ਛਕਣਾ ਅਤੇ ਪੰਜਾਂ ਬਾਣੀਆਂ ਦੇ ਨਿਤਨੇਮ ਕਰਨਾ ਅਤੇ ਸੁਖਨੀ ਸਾਹਿਬ ਦਾ ਪਾਠ ਉਹ ਕਰਦੇ ਸੀ ਅਤੇ ਹੋਰ ਵੀ ਉਹਨਾਂ ਦਾ ਰੂਟੀਨ ਇੱਕ ਦੇਖਿਆ ਕਿ ਅਖੀਰਲੇ ਸਮੇਂ ਦੇ ਵਿੱਚ ਤਕਰੀਬਨ ਅੰਮ੍ਰਿਤ ਵੇਲੇ ਨਿਤਨੇਮ ਕਰਕੇ ਉਸ ਤੋਂ ਬਾਅਦ
9 ਤੋਂ ਲਾ ਕੇ ਸਵੇਰੇ 1:30 ਵਜੇ ਤਾਈਂ ਇਕਾਂਤ ਚ ਰਹਿੰਦੇ ਸੀ। ਫਿਰ ਉਹ 2:30 ਵਜੇ ਤਾਈਂ ਪ੍ਰਸ਼ਾਦਾ ਪਾਣੀ ਜਿੰਨਾ ਵੀ ਲੋੜ ਮੁਤਾਬਕ ਛਕ ਕੇ, ਉਸ ਤੋਂ ਬਾਅਦ ਫਿਰ ਉਹ 5 ਵਜੇ ਤਾਈਂ ਇਕਾਂਤ ਵਿੱਚ ਹੀ ਗਿਆਦੇ ਸੀ। ਅਤੇ ਮੈਂ ਦੇਖਿਆ ਉੱਥੇ ਡਿਸਪੈਂਸਰੀਆਂ ਬਹੁਤ ਖੁੱਲੀਆਂ ਹੋਈਆਂ ਨਾ, ਹੋਮਿਓਪੈਥੀ ਡਿਸਪੈਂਸਰੀ ਖੁੱਲੀ ਆ, ਦੂਸਰੀਆਂ ਵੀ ਡਿਸਪੈਂਸਰੀਆਂ, ਡਾਕਟਰ ਆਉਂਦੇ ਟਾਈਮ ਟੂ ਟਾਈਮ, ਹੈ ਨਾ? ਹਾਂਜੀ ਹਾਂਜੀ। ਮੈਂ ਸ਼ੁਰੂ 'ਚ ਪੁੱਛਣਾ ਭੁੱਲ ਗਿਆ ਤੁਹਾਡੇ ਕੋਲ, ਰਾਮਪੁਰ ਖੇੜਾ ਇਹ ਤਾਂ ਨਾਮ, ਇਹ ਕਿਹੜੇ ਪਿੰਡ ਵਿੱਚ ਆ? ਇਹ ਰਾਮਪੁਰ ਖੇੜਾ ਪਿੰਡ ਹੀ ਆ, ਮੈਨੂੰ ਲੱਗਾ ਨਹੀਂ ਉਹ ਰਾਮਪੁਰ ਖੇੜਾ ਪਿੰਡ ਆ। ਉਹ ਇਹ ਕਿਹੜਾ ਆ? ਇਹ ਥੇ ਸੀਗਾ, ਇੱਥੇ ਵੱਡੇ ਵੱਡੇ ਦਰਖਤ ਵੀ ਸੀਗੇ, ਉੱਚਾ ਥਾਂ ਸੀਗਾ। ਕਿਸੇ ਪਿੰਡ ਦਾ ਤਾਂ ਹੋਣਾ ਨਾ ਉਹ, ਇਹ 2-3 ਪਿੰਡਾਂ ਦਾ, ਗੋਂਦਪੁਰ ਅੱਛਾ ਜੀ ਬਾਲਿਆਂ ਦੇ ਵਿੱਚ, ਅਤੇ 2-3 ਪਿੰਡਾਂ ਦੇ ਵਿੱਚ ਇਹ ਇੱਕ ਜਗ੍ਹਾ ਬੇਆਬਾਦ ਜਗ੍ਹਾ ਸੀ, ਬੇਆਬਾਦ ਜਗ੍ਹਾ ਸੀ, ਹਾਂ, ਜਿਹਦੇ ਵਿੱਚ ਅਸੀਂ ਜਦੋਂ 67-68 'ਚ ਨਵੇਂ ਨਵੇਂ ਗਏ ਨਾ, ਅਤੇ ਉਦੋਂ ਬੋੜਾਂ ਕਿੰਨੀਆਂ ਕਿੰਨੀਆਂ, ਮੈਂ ਉਹਨਾਂ ਦਾ ਤੁਹਾਨੂੰ ਡਾਇਆ ਕਿੱਡਾ ਦੱਸਾਂ, ਬਈ ਇੰਨਾ ਡਾਇਆ ਉਹਨਾਂ ਦਾ ਵੱਡਾ ਸੀ ਬਈ, ਉਹਨਾਂ ਦੇ ਨਾਲ ਅਸੀਂ ਬਾਲਣ ਲਾਉਂਦੇ ਹੁੰਦੇ ਸੀ ਕੁਹਾੜਿਆਂ ਦੇ ਨਾਲ, ਕੁਹਾੜਿਆਂ ਦੇ ਨਾਲ ਉਹਨਾਂ ਦੇ ਨਾਲੋਂ ਬਾਲਣ ਲਾਈਦਾ ਸੀ। ਇਹ ਮੈਂ ਚਾਹੁੰਦਾ ਸੀ ਕਿ ਇੱਕ ਬਰੀਫ ਜਿਹੀ ਹਿਸਟਰੀ ਹੋ ਜਾਏ ਉਹਨਾਂ ਦੀ, ਠੀਕ ਠੀਕ, ਜਿੱਦਾਂ ਕਿ ਕਿੱਥੋਂ ਬਿਲੋਂਗ ਕਰਦੇ ਸੀ, ਕਿੰਨਾ ਚਿਰ ਉੱਥੇ ਰਹੇ, ਜਿਹੜੀਆਂ ਡੇਟਾਂ ਹੁੰਦੀਆਂ ਉਹ ਤਾਂ ਜਿੱਦਾਂ ਚਲੋ ਉਹ ਤਾਂ ਕਿਤਾਬਾਂ 'ਚ ਲਿਖੀਆਂ ਹੀ ਹੋਣੀਆਂ ਜੋ, ਹਾਂਜੀ ਹਾਂਜੀ, ਐਗਜੈਕਟ ਡੇਟਾਂ ਤਾਂ ਕਿਤਾਬਾਂ 'ਚ ਹੀ ਲਿਖੀਆਂ ਹੁੰਦੀਆਂ। ਅਤੇ ਬਾਕੀ ਚਲੋ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਇਸ ਇਤਿਹਾਸ ਨੂੰ ਬਰੀਫਲੀ ਦੱਸਣ ਲਈ, ਠੀਕ ਹੈ ਜੀ, ਅਤੇ ਫਿਰ ਅੱਗੇ ਜਾਣਾਂਗੇ ਹੋਰ ਆਪਾਂ। ਚਲੋ ਬਹੁਤ ਬਹੁਤ ਮਿਹਰਬਾਨੀ, ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ। ਉਹ ਸੰਤ ਮਹਾਤਮਾ ਕਹੇ ਹੁੰਦੇ ਉਹ ਆਪੇ ਬਣੇ ਹੁੰਦੇ ਆ, ਹੁੰਦੇ ਆ, ਇਹ ਜਿਹੜੇ ਸੰਤ ਬਾਬਾ ਹਰਨਾਮ ਸਿੰਘ ਜੀ ਨਾ, ਇਹਨੂੰ ਕੁਦਰਤ ਨੇ 10ਵੇਂ ਪਾਤਸ਼ਾਹ ਨੇ ਆਪ ਕਿਹਾ ਸੀਗਾ ਹਰਨਾਮ ਸਿੰਘ, ਇਲਾਕਾ ਪਿਛੜਿਆ ਉੱਥੇ ਚੱਲ ਜਾਓ। ਹਾਂਜੀ, ਇਹ ਮੈਂ ਗੱਲ ਸੁਣੀ ਸੀ, ਇਹ 10ਵੇਂ ਪਾਤਸ਼ਾਹ ਨੇ ਜਿਹੜਾ ਆਪ ਹੀ ਇਹਨਾਂ ਨੂੰ ਜਗਾ ਕੇ ਕਿਹਾ ਵੀ ਤੁਸੀਂ ਪਾਤਸ਼ਾਹ, ਵਾਕਿਆ ਇੱਥੇ ਪਿਛੜਿਆ ਇਲਾਕਾ ਸੀ, ਜਨਾਨੀਆਂ ਸ਼ਰਾਬ, ਆਪ ਜਨਾਨੀਆਂ ਸ਼ਰਾਬਾਂ ਕੱਢ ਕੱਢ ਕੇ ਵੇਚ ਦਿਆਂ, ਇਹ ਤਾਂ ਅਸੀਂ ਦੇਖੀਆਂ ਨਾ ਖੁਦ, ਅੱਛਾ, ਸ਼ਰਾਬਾਂ ਆਪ ਕੱਢ ਕੱਢ ਕੇ ਨਾ ਵੇਚਦੇ ਸੀ, ਇੰਨਾ ਕਿਤਾਬ ਹੋਇਆ। ਅਤੇ ਕਿੰਨੀ ਜਗ੍ਹਾ ਉਹਦਾ ਗੁਰਦੁਆਰਾ, ਕਿੰਨੀ ਜਗ੍ਹਾ ਦੇ ਵਿੱਚ ਹੈ ਗੁਰਦੁਆਰਾ ਸਾਹਿਬ? ਇਹ ਜਿਹੜੀ ਇੱਧਰ ਜਗ੍ਹਾ ਆ, ਆਹ ਜਿਹੜੀ ਤੁਸੀਂ ਕਹਿੰਦੇ ਜਿੱਦਾਂ ਇੱਥੇ ਮੂਲੀਆਂ ਬੀਜੀਆਂ, ਆਹ ਅਤੇ ਇਹ ਵੀ ਗੁਰਦੁਆਰਾ ਸਾਹਿਬ ਦੀ ਜਗ੍ਹਾ, ਅਤੇ ਆਹ ਆਲੂ ਆ, ਉਹ ਗੋਭੀ ਆ, ਹੈ ਨਾ? ਅੱਛਾ, ਉਹ ਪਰੇ ਕਮਾਦ ਵੀ ਆਪਣਾ ਹੀ ਆ, ਕਮਾਦ ਇੱਧਰ ਆ, ਅੱਛਾ, ਤੇ ਇਹਦੇ ਬੈਕ ਸਾਈਡ ਤੇ ਵੀ ਹੈਗੇ ਖੇਤ ਹੈ, ਮਤਲਬ ਮੈਨੂੰ ਲੱਗਦਾ ਵੀ 15-20 ਕਿੱਲੇ ਲੱਗਦੇ ਆ ਘੱਟੋ ਘੱਟ, ਹੈਂ? ਅੱਛਾ ਜੀ, ਨਹੀਂ ਚਲੋ, ਇਹਨਾਂ ਦਾ ਸਾਲਾਨਾ ਦਿਨ ਕਦੋਂ ਹੁੰਦਾ ਜੀ ਮਨਾਇਆ ਜਾਂਦਾ? ਬਰਸੀ, ਹਾਂਜੀ, ਜਨਵਰੀ ਦੇ ਮਹੀਨੇ ਪਹਿਲੇ ਹਫ਼ਤੇ, ਪਹਿਲੀ ਤੇ 4 ਤਰੀਕ ਹੁਣ ਹੈਗੇ ਆ ਬਾਬਾ ਸੇਵਾ ਸਿੰਘ ਜੀ ਬਾਲਿਆਂ, ਕਿੱਥੋਂ ਆ ਜੀ? ਬਾਲਿਆਂ ਤੋਂ, ਬਾਲਿਆਂ ਤੋਂ, ਅੱਛਾ, ਸੇਵਾ ਸਿੰਘ ਜੀ, ਠੀਕ ਆ ਜੀ, ਠੀਕ ਆ, ਇਹਦੇ ਬਾਹਰਲੀ ਸਾਈਡ ਵੀ ਸਬਜ਼ੀ ਸੁਬਜ਼ੀ ਲਾਈ ਹੋਈ, ਜਿੱਦਾਂ ਹੁਣ ਬਣਦੀ ਆ ਕੋਈ ਬਿਲਡਿੰਗ ਦੀ, ਜਿਹੜਾ ਪਾਸੇ ਬਣਦੀ ਹੈ ਨਾ, ਆਓ, ਮਤਲਬ ਮੁੱਖ ਦੀ ਗੱਲ ਇਹ ਆ ਵੀ ਮੰਡੀ ਉਹ ਨਹੀਂ ਲਿਆਉਣਾ ਪੈਂਦਾ ਕੁਛ ਵੀ, ਇੱਥੋਂ ਸਰ ਜਾਂਦਾ ਸਾਰਾ, ਹਾਂ, ਚਲੋ ਬਹੁਤ ਸੋਹਣਾ ਜੀ, ਬਹੁਤ ਵਧੀਆ, ਬਹੁਤ ਜਗ੍ਹਾ, ਚੰਗੀ ਗੱਲ ਆ, ਉਦੋਂ ਫਿਰ ਜ਼ਿਆਦਾ ਚਾਹੀਦੀ ਹੁੰਦੀ ਨਾ, ਹਾਂਜੀ ਹਾਂਜੀ ਹਾਂਜੀ, ਨਹੀਂ ਚਲੋ ਬਹੁਤ ਚੰਗਾ ਜੀ, ਬਹੁਤ ਚੰਗਾ, ਅਤੇ ਇੱਧਰ ਕਿਹੜਾ ਪਿੰਡ ਆ ਅੱਗੇ ਜੀ, ਇੱਧਰ ਨੂੰ ਗੜਦੀ ਵਾਲਾ ਪੈਂਦਾ, ਇੱਧਰ ਗੜਦੀ ਵਾਲਾ ਕਿੰਨੀ ਦੂਰ ਆ ਇੱਥੋਂ? ਬਸ, ਅੱਛਾ ਜੀ, ਠੀਕ ਆ ਠੀਕ ਆ ਠੀਕ ਆ, ਚਲੋ ਠੀਕ ਆ ਜੀ, ਸ਼ੁਕਰੀਆ ਬਹੁਤ ਬਹੁਤ, ਧੰਨਵਾਦ ਜੀ, ਧੰਨਵਾਦ ਤੁਹਾਨੂੰ।